ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਅੱਜ ਦੇ ਸਾਡੇ ਇਸ ਐਪੀਸੋਡ ਦੇ ਨਾ ਐਨਰਜੀ ਦਾ ਲੈਵਲ ਥੋੜ੍ਹਾ ਅਪਵਰਡਸ ਵਾਲੀ ਸਾਈਡ ਹੀ ਰਹੇਗਾ, ਕਿਉਂਕਿ ਸਾਡੇ ਕੋਲ ਉਹ ਪਰਸਨੈਲਿਟੀਜ਼ ਪਹੁੰਚੀਆਂ ਹੈ ਨਾ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਨਰਜੀ ਨੂੰ ਪੂਰੀ ਤਰ੍ਹਾਂ ਤੁੰਨ ਕੇ ਰੱਖਦੇ ਆ ਜੀ, ਤੁੰਨ ਕੇ। ਮੇਰੇ ਨਾਲ ਆ ਦਿਲਾਵਰ ਸਿੱਧੂ ਭਾਅ ਜੀ ਅਤੇ ਸੋਨਪ੍ਰੀਤ ਜਵੰਦਾ ਵੀਰੇ ਭਾਅ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੰਜਾਬੀ ਟੇਸ਼ਨ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਦਿਲਾਵਰ ਸਿੱਧੂ ਵੱਲੋਂ ਅਤੇ ਸੋਨਪ੍ਰੀਤ ਜਵੰਦਾ ਜੀ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਟੇਸ਼ਨ ਵਾਲੇ, ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ, ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੋਨਪ੍ਰੀਤ ਜਵੰਦਾ ਭਾਅ ਜੀ ਵੱਲੋਂ ਕਿਉਂ ਕਿਹਾ ਜੀ ਉਹ? ਮੈਂ ਕਿਹਾ ਕਿਤੇ ਆਪਦਾ ਨਾਂ ਨਾ ਭੁੱਲ ਜੇ। ਦੇਖੋ ਜੀ, ਵੱਡੇ ਬੰਦੇ ਦਾ ਇੱਕ ਰਿਕਾਰਡ ਹੁੰਦਾ, ਸੋ ਉਹਨਾਂ ਨੇ ਸੋਚਿਆ ਵੀ ਚਲੋ ਸਤਿ ਸ਼੍ਰੀ ਅਕਾਲ ਬੁਲਾਉਣੀ ਆ, ਦੋਨਾਂ ਵੱਲੋਂ ਬੁਲਾ ਦਾਂ, ਫਿਰ ਮੈਂ ਦੋਨਾਂ ਵੱਲੋਂ ਮੈਂ ਬੁਲਾ ਤੀ, ਕਿਉਂਕਿ ਐਨਰਜੀ ਦਾ ਲੈਵਲ ਆਪਾਂ ਨਾ ਇਸ ਕਰਕੇ ਡਬਲ ਡਬਲ ਆਉਂਦੀ, ਮਤਲਬ ਟੀਮ ਵਰਕ ਚੱਲ ਰਿਹਾ ਹਲੇ ਪ੍ਰੋਪਰ। ਮਤਲਬ ਜੇ ਮੈਂ ਇਹਦਾ ਨਾਂ ਨਾ ਲੈਂਦਾ ਇਹਨੇ ਫਿਰ ਮੇਰਾ ਨਹੀਂ ਲੈਣਾ ਨਹੀਂ ਸੀ ਨਾਂ, ਤੇ ਫਿਰ ਇਹ ਪਹਿਲਾਂ ਹੀ ਇੱਕ ਨਾ ਕਿੱਲਾ ਕੱਢਤਾ ਵੀ ਮੈਂ ਇਹਦਾ ਨਾਂ ਲੈਤਾ ਤੇ ਇਹਨੂੰ ਹੁਣ ਮੇਰਾ ਨਾਂ ਲੈਣਾ ਹੀ ਪਊਗਾ। ਇਹ ਵੈਸੇ ਤੁਹਾਡਾ ਨਾਂ ਜੇ ਨਾ ਵੀ ਲੈਣ ਤਾਂ ਵੀ ਮੇਰੇ ਹਿਸਾਬ ਨਾਲ ਲੈਣ ਦੀ ਜ਼ਰੂਰਤ ਨਹੀਂ, ਦਿਲਾਵਰ ਸਿੱਧੀ ਨੂੰ ਹਰ ਕੋਈ ਜਾਣਦਾ ਇਹ ਪੰਜਾਬੀ ਫਿਲਮਾਂ ਜਿੰਨੀਆਂ ਕੁ ਆਉਂਦੀਆਂ। ਨਹੀਂ ਨਹੀਂ ਇਹ ਤਾਂ ਆਪਾਂ ਹੁਣ ਉਹ ਹੀ ਗੱਲ ਕਹਿ ਸਕਦੇ ਭਾਅ ਜੀ ਦਾ ਬੜੱਪਣ ਆ ਭਾਅ ਜੀ ਕਹਿ ਰਹੇ ਆਪਣਾ ਨਾਂ ਨਹੀਂ ਲੈਣਾ। ਹੁਣ ਮਸ਼ਹੂਰ ਹੋ ਜਾਵਾਂਗੇ ਕਿਉਂਕਿ ਹੁਣ ਸਾਡੀ ਸਾਕ ਫਿਲਮ ਆ ਰਹੀ ਹੈ ਜੀ 6 ਸਤੰਬਰ ਨੂੰ, ਸਾਰਿਆਂ ਨੇ ਦੇਖਣੀ ਆ। 6 ਸਤੰਬਰ ਤੋਂ ਬਾਅਦ ਮੈਂ ਮਸ਼ਹੂਰ ਹੋ ਜੂੰਗਾ। ਨਹੀਂ ਭਾਅ ਜੀ ਤੁਸੀਂ ਪਹਿਲਾਂ ਹੀ ਬਹੁਤ ਮਸ਼ਹੂਰ ਆ, ਅਤੇ ਆਪਾਂ ਸਾਕ 'ਤੇ ਹੁੰਦੇ ਹਾਂ ਭਾਅ ਜੀ, ਇਹ ਸਾਕ ਫਿਲਮ ਤੁਹਾਡੇ ਕੋਲ ਕਿੱਦਾਂ ਪਹੁੰਚੀ? ਸਾਕ ਫਿਲਮ ਐਕਚੁਲੀ ਜੋਬਨਪ੍ਰੀਤ ਜਿਹੜਾ ਮੇਨ ਲੀਡ 'ਤੇ ਕਰ ਰਿਹਾ ਹੈਗਾ, ਜੋਬਨਪ੍ਰੀਤ ਨੇ ਮੈਨੂੰ ਫੋਨ ਕੀਤਾ। ਉਦੋਂ ਮੈਂ ਜੋਬਨ ਨੂੰ ਮਿਲਿਆ ਨਹੀਂ ਸੀ, ਅਤੇ ਜੋਬਨਪ੍ਰੀਤ ਨੇ ਅਚਾਨਕ ਹੀ ਮੈਨੂੰ ਫੋਨ ਕੀਤਾ, ਕਹਿੰਦਾ ਮੈਂ ਜੋਬਨਪ੍ਰੀਤ ਬੋਲਦਾ, ਆਪਾਂ ਫਿਲਮ ਬਣਾ ਰਹੇ ਹਾਂ ਸਾਕ, ਉਹਦੇ ਵਿੱਚ ਤੇਰਾ ਵਿਚੋਲੇ ਦਾ ਕਰੈਕਟਰ, ਅਤੇ ਉਹ ਤੁਹਾਡੇ ਤੋਂ ਪਲੇ ਕਰਾਉਣਾ। ਅਤੇ ਮੈਂ ਕਿਹਾ ਚੱਲ ਠੀਕ ਆ, ਅਤੇ ਇੰਨਾ ਰਲਾਵਟ ਆ ਨਾ ਇਹ, ਮੈਨੂੰ ਫੋਨ ਦੇ ਉੱਤੇ ਸਾਰੀ ਸਟੋਰੀ ਸੁਣਾ ਦਿੱਤੀ 15 ਮਿੰਟਾਂ ਦੇ ਵਿੱਚ ਹੀ। ਮੈਨੂੰ ਬੜਾ ਇੰਟਰਸਟਡ ਜਿਹਾ ਲੱਗਿਆ, ਮੈਂ ਯਾਰ ਮੁੰਡਾ ਬੜਾ ਵਧੀਆ ਹੈਗਾ, ਅਤੇ ਇਹ ਮਤਲਬ ਸਟੋਰੀ ਸੁਣਾ ਦਿੱਤੀ 15 ਮਿੰਟਾਂ ਦੇ ਵਿੱਚ ਹੀ ਸਾਰੀ। ਚਲੋ ਡੇਟ ਫਾਈਨਲ ਹੋ ਗਈ, ਰੇਟ ਫਾਈਨਲ ਹੋ ਗਿਆ, ਅਸੀਂ ਗੰਗਾਨਗਰ ਸ਼ੂਟ 'ਤੇ ਜਾ ਪਹੁੰਚੇ। ਉੱਥੇ ਜਾ ਕੇ ਮੈਨੂੰ ਫਿਰ ਪਤਾ ਲੱਗਿਆ ਵੀ ਇਹ ਮੁੰਡਾ ਜੋਬਨਪ੍ਰੀਤ ਆ। ਇਸ ਤਰ੍ਹਾਂ ਸਾਡੀ ਮੁਲਾਕਾਤ ਹੋਈ। ਮੇਰੇ ਕੋਲ ਸਟੋਰੀ ਐਕਚੁਲੀ ਜੋਬਨ ਅਤੇ ਮੈਂ ਪੁਰਾਣੇ ਦੋਸਤ ਹਾਂ, ਅਤੇ ਇਹ ਵੀ ਲੁਧਿਆਣੇ ਤੋਂ ਆ ਮੈਂ, ਮੇਰਾ ਪਿੰਡ ਅਤੇ ਇਹਦਾ ਪਿੰਡ ਨੇੜੇ ਨੇੜੇ ਨੇ, ਸੋ ਅਸੀਂ ਕਾਫੀ ਪੁਰਾਣੇ ਜਾਣਦੇ ਹਾਂ। ਅਤੇ ਸਾਕ ਦੀ ਗੱਲ ਕਾਫੀ ਟਾਈਮ ਤੋਂ ਚੱਲ ਰਹੀ ਸੀ ਕਿ ਵੀਰੇ ਆਪਾਂ ਫਿਲਮ ਬਣਾਉਣੀ ਆ, ਆਪਾਂ ਫਿਲਮ ਬਣਾਉਣੀ ਆ, ਇਹਦੀ ਸਟੋਰੀ 'ਤੇ ਵੀ ਕਈ ਵਾਰ ਬੈਠੇ ਹਾਂ ਆਪਾਂ ਹੈ ਨਾ, ਅਤੇ ਉਹ ਪਹਿਲਾਂ ਡਿਸਾਈਡ ਸੀਗਾ ਵੀ ਜਦੋਂ ਫਿਲਮ ਬਣੀ ਤਾਂ ਮੈਂ ਇਸ ਫਿਲਮ ਦਾ ਹਿੱਸਾ ਹੋਊਂਗਾ। ਸੋ ਫਾਈਨਲੀ ਗਗਨਨਗਰ ਅਸੀਂ ਬੜੇ ਪਿਆਰ ਨਾਲ, ਬਾਈ ਹੁਣੀ ਉੱਥੇ ਮਿਲੇ, ਕਿਉਂਕਿ ਮੈਂ ਬਾਈ ਨੂੰ ਜਾਣਦਾ ਸੀਗਾ ਪਹਿਲਾਂ, ਲੇਕਿਨ ਅਸੀਂ ਇੰਨਾ ਮਿਲੇ ਨਹੀਂ ਸੀ, ਪਰ ਉੱਥੇ ਵਧੀਆ ਸਾਡਾ ਪਿਆਰ ਰਿਹਾ ਅਤੇ ਵਧੀਆ ਸ਼ੂਟ ਹੋਇਆ। ਅਤੇ ਮੈਨੂੰ ਲੱਗਦਾ 30 ਦਿਨ ਦੇ 30 ਦਿਨ ਮੈਂ ਵੀ 30 ਦਿਨ ਸੈੱਟ ਹੋ ਕੇ ਅਤੇ ਵਧੀਆ ਮਾਹੌਲ ਬਣਿਆ ਰਿਹਾ ਉੱਥੇ, ਅਤੇ ਫਾਈਨਲੀ 6 ਤਰੀਕ ਨੂੰ ਫਿਲਮ। ਅਤੇ ਜਿੱਦਾਂ ਦੀ ਸਕ੍ਰਿਪਟ ਸੀਗੀ, ਜਿੱਦਾਂ ਦੀ ਪਲੈਨਿੰਗ ਸੀਗੀ, ਆਪਾਂ ਇੱਦਾਂ ਦੀ ਇੰਪਲੀਮੈਂਟੇਸ਼ਨ ਕਰਨੀ ਹੈ, ਅਤੇ ਹੁਣ ਜਿੱਦਾਂ ਫਿਲਮ ਰਿਲੀਜ਼ ਹੋਣ ਵਾਲੀ ਹੈ, ਜਦੋਂ ਰੈਡੀ ਹੋਈ ਵੀ ਤੁਸੀਂ ਸੈਟੀਸਫਾਈ ਹੋ ਕਿ ਆਪਾਂ ਪ੍ਰੋਪਰ ਜਿੱਦਾਂ ਦੀ ਸੋਚ ਰੱਖੀ ਸੀਗੀ ਉੱਦਾਂ ਦੀ ਫਿਲਮ ਬਣ ਕੇ ਤਿਆਰ ਹੈ? ਐਕਚੁਲੀ ਸੈਟੀਸਫਾਈ ਡਾਇਰੈਕਟਰ ਨੂੰ ਹੋ, ਡਾਇਰੈਕਟਰ ਸੈਟੀਸਫਾਈ ਹੋਵੇ, ਅਤੇ ਨੰਬਰ 2 ਅਤੇ ਪ੍ਰੋਡਿਊਸਰ ਸੈਟੀਸਫਾਈ ਹੋਣ, ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ। ਅਸੀਂ ਆਪਣਾ ਕੰਮ ਕਰਕੇ ਆਏ ਹਾਂ। ਫਿਲਮ ਜਦੋਂ  6 ਤਰੀਕ ਨੂੰ 6 ਸਤੰਬਰ ਨੂੰ ਰਿਲੀਜ਼ ਹੋ ਗਈ, ਉਸ ਤੋਂ ਬਾਅਦ ਜੇ ਆਡੀਅੰਸ ਸੈਟੀਸਫਾਈ ਹੋ ਜਾਂਦੀ ਆ, ਫਿਰ ਅਸੀਂ ਸਾਰੇ ਸੈਟੀਸਫਾਈਡ ਹਾਂ ਵੀ ਸਾਡਾ ਕੰਮ ਆਡੀਅੰਸ ਨੇ ਪਸੰਦ ਕੀਤਾ, ਅਤੇ ਬਾਕੀ ਸਾਰਾ ਕੁਛ ਬਾਬੇ ਦੇ ਹੱਥ ਆ। ਆਡੀਅੰਸ ਤਾਂ ਸੈਟਿਸਫਾਈਡ ਹੋਊਗੀ, ਫਿਲਮ ਬਹੁਤ ਅੱਛੀ ਬਣੀ ਹੋਈ ਹੈਗੀ, ਅਤੇ ਜੋ ਟੈਕਨੀਕਲੀ ਕੰਮ ਆ ਉਹ ਵੀ ਬਹੁਤ ਸਟਰੋਂਗ ਹੈ, ਸਟੋਰੀ ਬੜੀ ਵਧੀਆ, ਕੰਟੈਂਟ ਬੜਾ ਪਿਆਰਾ ਹੈਗਾ, ਅਤੇ ਡਿਫਰੈਂਟ ਆ ਕੰਟੈਂਟ, ਮਤਲਬ ਮਿਕਸ ਨਹੀਂ ਹੈ ਕਿਸੇ, ਮਤਲਬ ਜਿੱਦਾਂ ਦੀਆਂ ਹੁਣ ਫਿਲਮਾਂ ਚੱਲਦੀਆਂ ਹਲਕਾ ਥੋੜ੍ਹਾ ਜਿਹਾ ਹਟ ਕੇ ਹੈਗਾ। ਅਤੇ ਮੈਂ ਜੇ ਮੈਨੂੰ ਕਰੈਕਟਰ ਮਿਲਿਆ ਸੀ ਕਿ ਵਿਚੋਲੇ ਦਾ, ਤਾਂ ਜਿੰਨਾ ਕੁ ਮੈਂ ਕਰ ਸਕਦਾ ਸੀਗਾ ਮੈਂ ਕੀਤਾ, ਔਰ ਸਾਰਾ ਜਿਹੜਾ ਟੈਕਨੀਕਲ ਕਰਿਊ ਸੀਗਾ ਸਾਰਾ ਖੁਸ਼ ਸੀਗਾ, ਕਹਿੰਦੇ ਬਹੁਤ ਵਧੀਆ ਕੀਤਾ। ਬਾਕੀ ਹੁਣ ਦਰਸ਼ਕਾਂ ਨੇ ਦੇਣੇ, ਨੰਬਰ ਕਿੰਨੇ ਦੇਣਗੇ, 10 ਚੋਂ 10 ਦੇਣਗੇ ਜਾਂ 10 ਚੋਂ 5, ਮੈਨੂੰ ਨਹੀਂ ਪਤਾ। ਤਾਂ ਦਰਸ਼ਕਾਂ ਨੇ ਸਾਰਾ ਕੁਛ ਡਿਸਾਈਡ ਕਰਨਾ ਹੁੰਦਾ, ਕਿਉਂਕਿ ਅਸੀਂ ਸਾਰੀ ਮਿਹਨਤ ਕਰਕੇ ਇੱਕ ਫਿਲਮ ਤਿਆਰ ਕਰ ਲਈ ਆ, ਉਹ 6 ਸਤੰਬਰ ਨੂੰ ਦਰਸ਼ਕਾਂ ਦੀ ਕਚਹਿਰੀ ਚਲੀ ਜਾਣੀ ਆ, ਸੋ ਹੁਣ ਦਰਸ਼ਕਾਂ ਨੇ ਫੈਸਲਾ ਕਰਨਾ ਵੀ ਕਿਵੇਂ ਕਰਦੇ ਨੇ। ਅਤੇ ਭਾਅ ਜੀ ਇੱਕ ਤਾਂ ਇਹਨਾਂ ਦਾ ਕਰੈਕਟਰ ਵਿਚੋਲੇ ਦਾ, ਉਹ ਤੋਂ ਇਹਨਾਂ ਦਾ ਸੁਭਾਅ ਵੀ ਪੂਰਾ ਨੋਟੀ ਆ, ਫਿਰ ਸੈੱਟ ਦੇ ਉੱਤੇ ਇਹਨਾਂ ਨੂੰ ਕਿੱਦਾਂ ਕੰਟਰੋਲ ਤੁਸੀਂ ਕਰਦੇ ਹੁੰਦੇ? ਭਾਈ ਨੋਰਮਲ ਤਾਂ ਕੰਟਰੋਲ 'ਚ ਹੀ ਰਹਿੰਦਾ, ਨਹੀਂ ਜਦੋਂ ਅਸੀਂ ਆਪਣਾ ਕੰਮ ਕਰਨਾ ਫਿਰ ਜੇ ਆਊਟ ਆਫ ਕੰਟਰੋਲ ਨਹੀਂ ਹੁੰਦਾ, ਜਦੋਂ ਕੰਟਰੋਲ 'ਚ ਰਹਿ ਕੇ ਕੰਮ ਕਰੀਏ ਤਾਂ ਓਨਾ ਹੀ ਵਧੀਆ ਕੰਮ ਨਿਕਲ ਕੇ ਆਉਂਦਾ, ਲੇਕਿਨ ਬਾਕੀ ਬਾਈ ਦਾ ਸੁਭਾਅ ਬਹੁਤ ਵਧੀਆ, ਸਾਰਾ ਰਲ ਮਿਲ ਕੇ ਬੜੇ ਹੱਸਦੇ ਖੇਡਦੇ ਅਸੀਂ ਕੰਮ ਕੰਪਲੀਟ ਕੀਤਾ। ਜਦੋਂ ਨਾ ਮਤਲਬ ਦਿਮਾਗ ਦੇ ਉੱਤੇ 2-2.5 ਪੇਜਾਂ ਦਾ ਡਾਇਲੋਗ ਦਾ ਲੋਡ ਹੁੰਦਾ, ਉਦੋਂ ਚੌੜਾਂ ਲੁਕ ਜਾਂਦੀ ਆ, ਬੰਦਾ ਕੰਟਰੋਲ 'ਚ ਰਹਿੰਦਾ, ਉਹਨੂੰ ਐਂ ਹੁੰਦਾ ਯਾਰ ਟਰੈਕ 'ਚ ਹੀ ਰਹਿਣਾ, ਵੀ ਜੇ ਟਰੈਕ ਤੋਂ ਬਾਹਰ ਚਲੇ ਗਏ, ਮੂਹਰਲੇ ਨੂੰ ਮੈਂ ਕਿਉਂ ਨਾ ਦਿੱਤਾ ਤਾਂ ਉਹਨੇ ਉਲਝ ਜਾਣਾ, ਜਾਂ ਮੂਹਰਲੇ ਨੇ ਮੈਨੂੰ ਕਿਉਂ ਨਾ ਦਿੱਤਾ ਮੈਂ ਉਲਝ ਜਾਣਾ, ਤਾਂ ਇਸ ਕਰਕੇ ਸਾਰੇ ਸਕ੍ਰਿਪਟ 'ਚ ਹੀ ਰਹਿੰਦੇ ਆ। ਤੂੰ ਦੇਖਣ 'ਚ ਐਂ ਲੱਗਦਾ ਵੀ ਯਾਰ ਇਹ ਫਰੀ ਮਾਇੰਡ ਹੀ ਬੋਲੀ ਜਾਂਦੇ ਆ,
ਪਰ ਹੁੰਦੀ ਸਾਰੀ ਸਕ੍ਰਿਪਟ ਆ, ਦਿਮਾਗ ਦਾ ਕੰਮ ਆ ਨਾ ਕਿ ਤੁਸੀਂ ਆਪਣੇ ਕਿਰਦਾਰ ਨੂੰ ਆਪਣੇ ਡਾਇਲੋਗਸ ਨੂੰ ਕਿਵੇਂ ਬੋਲਣਾ ਆ ਅਤੇ ਕਿਵੇਂ ਉਹ ਕਿਰਦਾਰ ਜਿਹੜਾ ਤੁਸੀਂ ਨਿਭਾ ਰਹੇ ਹੋ ਉਹਦੇ ਵਿੱਚ ਰਹਿਣਾ ਆ, ਹੈ ਨਾ, ਕਿਉਂਕਿ ਤੁਸੀਂ ਬਾਹਰ ਦਿਲਾਵਰ ਸਿੱਧੂ ਆਪਾਂ ਜਦੋਂ ਤੁਹਾਡਾ ਟੇਕ ਹੋਣ ਲੱਗਿਆ ਆ ਤਾਂ ਤੁਸੀਂ ਉਸ ਟਾਈਮ ਜੋ ਤੁਸੀਂ ਕਿਰਦਾਰ ਨਿਭਾ ਰਹੇ ਹੋ ਉਹਦੇ ਵਿੱਚੋਂ ਉਹਨੂੰ ਤੁਸੀਂ ਕਿੰਨੇ ਬਾਖੂਬੀ ਨਿਭਾਉਂਦੇ ਹੋ ਅਤੇ ਦਰਸ਼ਕ ਫਿਰ ਤਾਂ ਹੀ ਉਹਨੂੰ ਪਸੰਦ ਕਰਨਗੇ, ਨਹੀਂ ਤਾਂ ਕਹਿਣਗੇ ਦਿਲਾਵਰ ਸਿੱਧੂ ਤੁਰਿਆ ਫਿਰਦਾ ਵਾ। ਵੈਸੇ ਇੰਪਰੂਵ ਕਰਨ ਦੀ ਲੋੜ ਵੀ ਨਹੀਂ ਪਈ ਕਿਉਂਕਿ ਸਕ੍ਰਿਪਟ ਆਪਣੇ ਆਪ 'ਚ ਇੱਕ ਕੰਪਲੀਟ ਸਕ੍ਰਿਪਟ ਸੀਗੀ, ਸਾਡੇ ਡਾਇਰੈਕਟਰ ਨੇ ਜਿਹੜੇ ਕਮਲਜੀਤ ਜੀ ਉਹਨਾਂ ਨੇ ਹੀ ਲਿਖੀ ਹੈਗੀ। ਤੁਹਾਨੂੰ ਹੁਣ ਪਤਾ ਵੀ ਕੋਈ ਬੰਦਾ ਜਦੋਂ ਫਿਲਮ ਨੂੰ ਲਿਖਦਾ ਉਹੀ ਬੰਦਾ ਜਦੋਂ ਉਸ ਨੂੰ ਉਸੇ ਫਿਲਮ ਨੂੰ ਡਾਇਰੈਕਟ ਕਰਦਾ ਤਾਂ ਬੜੇ ਇਮਾਨਦਾਰੀ ਨਾਲ ਬੜੇ ਦਿਲ ਨਾਲ ਬੜੇ ਦਿਮਾਗ ਨਾਲ ਉਹਨੂੰ ਸ਼ੂਟ ਕਰਦਾ ਹੈਗਾ। ਸਕ੍ਰਿਪਟ ਵੀ ਬੜੀ ਉਹਨਾਂ ਨੇ ਕਿੰਨੀ ਵਾਰੀ ਮਤਲਬ ਕਿ ਇੰਪਰੂਵ ਕਰ ਕਰਕੇ ਲਿਖੀ, ਸਾਨੂੰ ਇੰਪਰੂਵ ਕਰਨ ਦੀ ਲੋੜ ਨਹੀਂ ਪਈ ਬਹੁਤੀ, ਅਤੇ ਕਿਤੇ ਨਾ ਕਿਤੇ ਆਪਣੇ ਸੁਭਾਅ ਦੇ ਮੁਤਾਬਕ ਹੈਲਪਿੰਗ ਵਰਡ ਜ਼ਰੂਰ ਲੱਗੇ ਹੈਗੇ, ਇੱਕ ਦੋ ਇੱਧਰ ਉੱਧਰ ਲੱਗ ਜਾਂਦੇ ਆ, ਉਹ ਤੋਂ ਬਿਨਾਂ ਡਾਇਲੋਗ ਕੰਪਲੀਟ ਵੀ ਨਹੀਂ ਨਾ ਹੁੰਦਾ। ਬਿਲਕੁਲ ਤਾਂ ਜੀ ਜ਼ਰੂਰ, ਕਿਉਂਕਿ ਜਿਵੇਂ ਭਾਅ ਜੀ ਨੇ ਕਿਹਾ ਕਿ ਜਿਹੜਾ ਰਾਈਟਰ ਹੁੰਦਾ ਜੇ ਉਹੀ ਡਾਇਰੈਕਟ ਕਰੇ ਨਾ ਫਿਰ ਉਹ ਸੋਨੇ ਦੇ ਸੁਹਾਗ ਵਾਲੀ ਗੱਲ ਹੋ ਜਾਂਦੀ ਹੈ, ਕਿਉਂਕਿ ਉਹਦੇ ਦਿਮਾਗ 'ਚ ਉਹਨੇ ਜਿਵੇਂ ਸੋਚ ਸੋਚ ਕੇ ਡਾਇਲੋਗ ਲਿਖੇ ਹੁੰਦੇ ਆ ਜਾਂ ਸੋਚ ਸੋਚ ਕੇ ਸੀਨ ਲਿਖੇ ਹੁੰਦੇ ਆ ਨਾ, ਫਿਰ ਉਹ ਉਸੇ ਤਰ੍ਹਾਂ ਉਹਨਾਂ ਨੂੰ ਫਿਲਮਾਉਣ ਦੀ ਕੋਸ਼ਿਸ਼ ਕਰਦਾ। ਸੋ ਉਹਨਾਂ ਨੇ ਵਧੀਆ ਮਿਹਨਤ ਕੀਤੀ ਆ, ਸੋਹਣੀ ਚੀਜ਼ ਬਣੀ ਆ। ਅਤੇ ਜੋਬਨਪ੍ਰੀਤ ਨਾਲ ਵੀ ਸਾਨੂੰ ਬੜਾ ਮਜ਼ਾ ਆਇਆ ਜੀ ਕੰਮ ਕਰਕੇ। ਜੋਬਨਪ੍ਰੀਤ ਨੇ ਸਾਰੀ ਸਟੋਰੀ ਦੇ ਵਿੱਚ ਮਤਲਬ ਨਾਲ ਬੈਠਾ, ਜਦੋਂ ਸਟੋਰੀ ਲਿਖਦੇ ਸੀ ਕਮਲਜੀਤ ਭਾਅ ਜੀ, ਜੋਬਨਪ੍ਰੀਤ ਨੇ ਨਾਲ ਬਹਿ ਬਹਿ ਕੇ ਲਿਖੀ ਆ। ਜੋਬਨਪ੍ਰੀਤ ਨੂੰ ਇਕੱਲੇ ਇਕੱਲੇ ਵਰਡ ਬਾਰੇ, ਇਕੱਲੀ ਇਕੱਲੀ ਲਾਈਨ ਬਾਰੇ, ਇਕੱਲੇ ਇਕੱਲੇ ਸੀਨ ਬਾਰੇ ਪੂਰੀ ਨੌਲੇਜ ਸੀਗੀ। ਉਹ ਉਲਝਿਆ ਨਹੀਂ ਸੀ ਹੋਇਆ, ਬਿਲਕੁਲ ਐਂ ਲੱਗਦਾ ਸੀ ਜਮਾਂ ਬਹੁਤ ਹੰਢਿਆ ਹੋਇਆ ਐਕਟਰ ਆ, ਪੁਰਾਣਾ ਐਕਟਰ ਹੈਗਾ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਨਾਲ ਕੰਮ ਕਰਕੇ। ਅਤੇ ਭਾਅ ਜੀ ਇਹ ਤਾਂ ਗੱਲ ਹੋ ਗਈ ਸਾਕ ਮੂਵੀ ਨਾਲ ਰਿਲੇਟਡ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਦੋਨਾਂ ਵੀਰਾਂ ਕੋਲੋਂ ਵੀ ਤੁਸੀਂ ਹੁਣ ਕਾਫੀ ਮੂਵੀਜ਼ ਕਰ ਲਈਆਂ, ਵੀ ਇਹ ਪਹਿਲਾਂ ਪ੍ਰੀ ਪਲੈਨ ਸੀਗਾ ਵੀ ਆਪਾਂ ਮੂਵੀਜ਼ ਵਾਲੀ ਲਾਈਨ ਦੇ ਵਿੱਚ ਹੀ ਆਉਣਾ ਆ, ਵੀ ਥੀਏਟਰ ਕਰਦੇ ਸੀ, ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਬਾਰੇ ਜ਼ਰੂਰ ਦੱਸੋ ਮੈਨੂੰ। ਜਿੱਥੋਂ ਤੱਕ ਮੈਂ ਥੀਏਟਰ ਕੀਤਾ ਭਾਅ ਜੀ, ਮੈਂ 5 ਸਾਲ ਥੀਏਟਰ ਕੀਤਾ ਗੁਰਸ਼ਰਨ ਭਾਅ ਜੀ, ਭਾਈ ਮੰਨਾ ਸਿੰਘ ਜੀ ਨਾਲ, ਅਤੇ ਮੈਂ ਮੇਰਾ ਤਾਂ ਇੱਕੋ ਇਰਾਦਾ ਸੀ ਵੀ ਪਹਿਲਾਂ ਥੀਏਟਰ 'ਚ ਜਾ ਕੇ ਬੇਸਿਕ ਸਿੱਖਣਾ, ਬੇਸਿਕ ਤੋਂ ਬਾਅਦ ਫਿਰ ਫਿਲਮਾਂ 'ਚ ਕੰਮ ਕਰਨਾ। ਮੈਂ 1998 'ਚ ਭਾਅ ਜੀ ਦੇ ਨਾਲ ਜੁਆਇਨ ਕੀਤਾ ਸੀ, ਅਤੇ 2000 ਦੇ ਵਿੱਚ ਹੀ ਮੈਨੂੰ ਇੱਕ ਸੀਰੀਅਲ ਮਿਲ ਗਿਆ ਸੀ ਸਰਹੱਦ ਸੁੱਖੀ ਧੰਜਲ ਜੀ ਦਾ, ਅਤੇ ਉੱਥੋਂ ਮੇਰੀ ਸ਼ੁਰੂਆਤ ਹੋ ਗਈ। ਹੌਲੀ ਹੌਲੀ ਗਾਂਹ ਵਧੀ ਗਏ ਕੰਮ ਮਿਲੀ ਗਿਆ। ਅਤੇ ਭਾਅ ਜੀ ਤੁਸੀਂ ਤਾਂ ਹੌਲੀਡੇ ਵਰਗੀਆਂ ਮੂਵੀਜ਼ ਵੀ ਕਰ ਲਈਆਂ ਜੀ, ਅਤੇ ਉਦੋਂ ਥੋੜ੍ਹਾ ਪਹਿਲਾਂ ਬਾਰੇ ਦੱਸੋ ਸਾਨੂੰ। ਪਹਿਲਾਂ ਐਕਚੁਲੀ ਸ਼ੌਂਕ ਸੀਗਾ ਮੈਨੂੰ ਸ਼ੁਰੂ ਤੋਂ ਹੀ ਵੀ ਮੈਂ ਐਕਟਰ ਬਣਨਾ, ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਸੀ। ਫਿਰ ਮੈਂ ਸਕੂਲ ਦੇ ਜੋ ਫੰਕਸ਼ਨ ਹੁੰਦੇ ਸੀ, ਐਨੂਅਲ ਫੰਕਸ਼ਨ ਵਗੈਰਾ, ਉਹਨਾਂ 'ਚ ਵੀ ਪਾਰਟੀਸਪੇਟ ਕਰਦਾ ਸੀ, ਇਕੱਲੇ ਹੀ ਘਰ ਆਉਂਦੇ ਸੀ ਪਾਰਟੀਸਪੇਟ ਮੈਂ ਵੀ। ਫਿਰ ਮੈਂ ਕਾਲਜ ਗਿਆ, ਕਾਲਜ ਮੈਂ ਆਪਣੇ ਯੂਥ ਫੈਸਟੀਵਲ ਵਗੈਰਾ ਉਹਨਾਂ 'ਚ ਪਾਰਟੀਸਪੇਟ ਕੀਤਾ, ਪਲੇ ਵਗੈਰਾ। ਅਤੇ ਫਿਰ ਮੈਂ ਨਿਰਮਲ ਰਿਸ਼ੀ ਮੈਡਮ ਕੋਲ ਚਲਿਆ ਗਿਆ, ਉਹਨਾਂ ਨਾਲ ਮੈਂ 5 ਸਾਲ ਥੀਏਟਰ ਕੀਤਾ, ਅਤੇ ਉਹ ਫਿਰ ਇੱਕ ਪੂਰਾ ਥਰੂ ਆਊਟ ਇਹੀ ਬਣ ਗਿਆ ਸੀ ਕਿ ਇਹਨੂੰ ਹੀ ਪ੍ਰੋਫੈਸ਼ਨਲੀ ਆਪਾਂ ਜੁਆਇਨ ਕਰਨਾ ਆ, ਅਤੇ ਹੋਰ ਕੋਈ ਕੰਮ ਵੀ ਨਹੀਂ ਕੀਤਾ। ਸੋ ਕਾਲਜ ਤੋਂ ਬਾਅਦ ਫਿਰ ਸਿੱਧਾ ਮੈਡਮ ਕੋਲ, ਮੈਡਮ ਤੋਂ ਬਾਅਦ ਫਿਰ ਚਲੋ ਚਾਲ ਬੋਂਬੇ ਚਲੇ ਗਏ, ਹੋਲੀਡੇ ਕੀਤੀ, ਬਲੱਡ ਸਟੇਟ ਆਈ, ਮਾਸਟਰ ਜਿੰਦਾ ਸੁੱਖਾ ਮਾਸਟਰ ਬੈਨ ਹੋ ਗਈ ਸੀਗੀ ਇੱਕ ਦਿਨ ਪਹਿਲਾਂ, ਅਤੇ ਫਿਰ ਇੱਕ ਫਿਲਮ ਹੋਰ ਆਈ ਸੀ ਉਹ ਵੀ ਰੋਕੀ ਸੀ, ਫਿਰ ਮੈਂ ਥੋੜ੍ਹਾ ਗੈਪ ਪਾ ਲਿਆ ਸੀ ਵੀ ਉਹ ਇਮੇਜ ਨਾ ਥੋੜ੍ਹੀ ਜਿਹੀ ਰੋਂਗ ਹੋਣ ਲੱਗ ਗਈ ਸੀ। ਅਤੇ ਫਿਰ ਹੁਣ ਸਾਕ ਆ ਰਹੀ ਆ, ਇਸ ਤੋਂ ਬਾਅਦ 2-3 ਫਿਲਮਾਂ ਹੋਰ, ਜੋਰਾ 2 ਸੈਕੰਡ ਚੈਪਟਰ ਸਾਡੇ ਵਾਲੇ ਰਿਲੀਜ਼ ਹੋਣ ਵਾਲੀ ਆ, ਅਤੇ ਇੱਕ ਜਤਿੰਦਰ ਮੋਹਨ ਵੈਬ ਸੀਰੀਜ਼ ਕੀਤੀ ਆ ਹਰੀਕੇ, ਉਹ ਵੀ ਜਲਦੀ ਉਹਦੀ ਡੇਟ ਅਨਾਊਂਸ ਹੋ ਜੂਗੀ। ਸੋ ਚੱਲ ਰਿਹਾ ਠੀਕ, ਕੰਮ ਚੱਲ ਰਿਹਾ ਵਧੀਆ। ਅਤੇ ਭਾਅ ਜੀ ਜਿੱਦਾਂ ਤੁਸੀਂ ਦੋਨੇ ਥੀਏਟਰ ਦੇ ਸਟੂਡੈਂਟਸ ਹੋ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਜੇ ਕੋਈ ਬੰਦਾ ਥੀਏਟਰ ਕਰਕੇ ਆਉਂਦਾ ਓਨਲੀ ਫਿਰ ਫਿਲਮ ਲਾਈਨ ਦੇ ਵਿੱਚ ਕੰਮ ਕਰਨਾ ਥੋੜ੍ਹਾ ਈਜ਼ੀ ਹੋ ਜਾਂਦਾ ਨਾ, ਉਸ ਬੰਦੇ ਨੂੰ ਸਮਝ ਆ ਜਾਂਦੀ ਆ ਵੀ ਐਕਚੁਲੀ ਥੀਏਟਰ ਕੀ ਆ ਜਾਂ ਡਾਇਲੋਗਸ ਕੀ ਆ ਜਾਂ ਕੈਮਰਾ ਵਰਕ ਕਿੱਦਾਂ। ਐਕਚੁਲੀ ਜਿੰਨੀ ਦੇਰ ਆਪਾਂ ਥੀਏਟਰ ਨਹੀਂ ਕਰਦੇ ਸਾਨੂੰ, ਕਿਉਂਕਿ ਥੀਏਟਰ ਨੂੰ ਜਦੋਂ ਆਪਾਂ ਇੱਕ ਕੋਈ ਆਪਾਂ ਪਲੇ ਤਿਆਰ ਕਰਦੇ ਹਾਂ, ਘੱਟੋ ਘੱਟ 15 ਦਿਨ ਉਹਦੇ ਲਈ ਰਿਆਜ਼ ਕਰਨਾ ਪੈਂਦਾ, ਹਰ ਰੋਜ਼ ਬੰਦਾ ਪੋਲਿਸ਼ ਹੁੰਦਾ ਤਾਂ ਬੰਦੇ ਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਜਿਹੜਾ ਮੇਰੀ ਸਕ੍ਰਿਪਟ ਆ, ਜਿਹੜਾ ਮੇਰੇ ਡਾਇਲੋਗ ਨੇ, ਮੇਰਾ ਜਿਹੜਾ ਸੀਨ ਹੈ, ਉਹਦਾ ਗ੍ਰਾਫ ਕਿੱਥੇ ਹੋਣਾ ਚਾਹੀਦਾ, ਠੀਕ ਹੈ। ਅਤੇ ਜਿੰਨੀ ਦੇਰ ਉਹ ਬੇਸਿਕ ਨਹੀਂ ਪਤਾ ਲੱਗਦਾ, ਉਨੀ ਦੇਰ ਫਿਰ ਮੈਨੂੰ ਤਾਂ ਲੱਗਦਾ ਵੀ ਬੰਦਾ ਕੱਚਾ ਜਿਹਾ ਹੀ ਰਹਿ ਜਾਂਦਾ ਹੈ। ਹਾਂ, ਇਹ ਜ਼ਰੂਰੀ ਹੁੰਦਾ, ਬੇਸਿਕ ਹੈ। ਬਾਕੀ ਮਿਹਨਤ, ਤੁਹਾਡੀ ਮਿਹਨਤ ਅਤੇ ਕੰਮ, ਮਿਹਨਤ ਕਰਨੀ ਬਹੁਤ ਜ਼ਰੂਰੀ ਆ। ਜੇ ਤੁਸੀਂ ਇਸ ਪ੍ਰੋਫੈਸ਼ਨ ਨੂੰ ਚੁਣ ਲਿਆ ਤਾਂ ਇਹ ਕੋਈ ਮਜ਼ਾਕ ਜਾਂ ਇੱਕ ਕੀ ਕਹਿੰਦੇ ਨੇ ਵੀ ਚਾਂਸ ਲੈਣ ਨਹੀਂ, ਜੇ ਤੁਸੀਂ ਆਉਣਾ ਹੈ ਤਾਂ ਪ੍ਰੋਪਰ ਤਰੀਕੇ ਨਾਲ ਤੁਸੀਂ ਆ ਗਏ, ਨਵੇਂ ਹੋ, ਠੀਕ ਹੈ, ਫਸਟ ਟਾਈਮ ਤੁਸੀਂ ਕਰ ਰਹੇ ਹੋ, ਬਟ ਜੇ ਤੁਹਾਡੇ ਅੰਦਰ ਲਗਨ ਹੈਗੀ ਤਾਂ ਤੁਸੀਂ ਇੱਕ ਵਧੀਆ ਐਕਟਰ ਬਣ ਸਕਦੇ ਹੋ। ਪਰ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ, ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ, ਕੋਈ ਮਜ਼ਾਕ ਨਹੀਂ ਹੈਗਾ, ਅਸੀਂ ਸਾਰੇ ਬਹੁਤ ਸੀਰੀਅਸਲੀ ਆਪਣਾ ਕੰਮ ਕਰ ਰਹੇ ਹਾਂ, ਹੈ ਨਾ। ਸੋ ਇਹਨੂੰ ਮਜ਼ਾਕ ਨਾ ਸਮਝਿਆ ਜਾਵੇ, ਮੈਂ ਤਾਂ ਬਸ ਇੰਨਾ ਹੀ ਕਹੂੰਗਾ, ਕਿਉਂਕਿ ਬੋਂਬੇ ਮੈਂ ਦੇਖਿਆ ਹੋਲੀਡੇ ਵੇਲੇ ਵੀ, ਮੈਂ ਬਾਕੀ ਜਿਹੜੇ ਉੱਥੇ ਸ਼ੂਟ ਕੀਤੇ ਦੇਖਿਆ, ਉਹ ਲੋਕ ਇਸ ਕੰਮ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ, ਉਹਨਾਂ ਲਈ ਇਹ ਜੋਬ ਆ ਜੀ, ਠੀਕ ਹੈ, ਉਹ ਆਪਣੀ ਜੋਬ ਕਰਦੇ ਨੇ, ਬੜੀ ਸੀਰੀਅਸਲੀ ਜੋਬ ਕਰਦੇ ਆ, ਤਾਂ ਹੀ ਇਹਨੇ ਵਧੀਆ ਵਧੀਆ ਪ੍ਰੋਡਕਟ, ਇੰਨੀਆਂ ਵਧੀਆ ਸਟੋਰੀ
ਭਾਜੀ ਇੱਕ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਬੈਕ ਟੂ ਬੈਕ ਪੰਜਾਬੀ ਮੂਵੀਜ਼ ਅਨਾਊਂਸ ਹੋ ਰਹੀਆਂ, ਇੱਕ ਦੋ ਹਲੇ 2019 ਦੀਆਂ ਵੀ ਕਾਫੀ ਫਿਲਮਸ ਹੋਰ ਆਉਣਗੀਆਂ, ਕਾਫੀ ਰਿਲੀਜ਼ ਹੋ ਚੁੱਕੀਆਂ, ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਵੀ ਨਾ ਦੇਖਦੇ ਆ ਕਿ ਪੰਜਾਬੀ ਫਿਲਮਸ ਬਹੁਤ ਜ਼ਿਆਦਾ ਆ ਰਹੀਆਂ, ਜਾਂ ਤੁਹਾਨੂੰ ਵੀ ਲੱਗਦਾ ਕਿ ਫਿਲਮਸ ਭਾਵੇਂ ਘੱਟ ਆਉਣ ਪਰ ਵਧੀਆ ਆਉਣ? ਨਹੀਂ, ਫਿਲਮ ਤਾਂ ਵੈਸੇ ਘੱਟ ਹੀ ਆਉਣੀਆਂ ਚਾਹੀਦੀਆਂ ਨੇ, ਜੇ ਸਾਲ ਦੇ ਵਿੱਚ 52 ਹਫ਼ਤੇ ਆ ਤਾਂ 52 ਕੁ ਫਿਲਮਾਂ ਆਉਣੀਆਂ ਚਾਹੀਦੀਆਂ, ਪਰ ਹੁਣ ਸਾਡੇ 80-80 90-90 ਫਿਲਮਾਂ ਬਣਨ ਲੱਗ ਗਈਆਂ ਸਾਲ ਦੀਆਂ, ਤੋ ਉਹਦੇ ਨਾਲ ਕਿ ਇੱਕ ਤਾਂ ਕੁਆਂਟਿਟੀ ਦੇ ਵਿੱਚ ਕੁਆਲਿਟੀ ਘੱਟ ਜਾਂਦੀ ਹੈ, ਤੋ ਕੁਆਲਿਟੀ ਬਾਕੀ ਘੱਟਦੀ ਹੈ ਜਦੋਂ ਕੋਈ ਚੀਜ਼ ਨੂੰ ਜ਼ਿਆਦਾ ਬਣਾਇਆ ਜਾਂਦਾ, ਉਹ ਕੁਆਲਿਟੀ ਤਾਂ ਘਟੂਗੀ ਘਟੂਗੀ ਨਾ। ਤੋ ਆਪਾਂ ਤਾਂ ਸਾਡੇ ਤਾਂ ਵਿਚਾਰ ਆਹੀ ਹੈ ਵੀ ਜਿਹੜਾ ਮੇਰਾ ਤਜਰਬਾ 18 ਸਾਲ ਦਾ, ਮੈਂ ਤਾਂ ਇਹੀ ਕਹਿੰਦਾ ਵੀ 52 ਕੁ ਫਿਲਮਾਂ ਹੀ ਬਣਨੀਆਂ ਚਾਹੀਦੀਆਂ ਸਾਲ ਦੀਆਂ, ਤਾਂ ਕਿ ਉਹ ਕੰਟੈਂਟ ਭਰਪੂਰ ਹੋਣ, ਵਧੀਆ ਫਿਲਮਾਂ ਹੋਣ, ਉਹਨੂੰ ਚੰਗੀ ਤਰ੍ਹਾਂ ਉਹਦੇ ਨਾਲ ਇਨਸਾਫ ਕੀਤਾ ਜਾਵੇ, ਅੱਛਾ ਮਿਊਜ਼ਿਕ ਬਣ ਜਾਵੇ, ਹੈ ਨਾ, ਅੱਛੀ ਕਹਾਣੀਆਂ ਚੁਣੀਆਂ ਜਾਣ। ਮੇਰਾ ਤਾਂ ਮਤਲਬ ਇਹੀ ਨਿਕਲਦਾ ਹੈਗਾ ਵੀ ਹੁਣ ਜੋ ਫਿਲਮਾਂ ਬਣੀ ਬਹੁਤ ਰਹੀਆਂ, ਤੋ ਇਹਦੇ ਨਾਲ ਕਲਾਕਾਰਾਂ ਦਾ ਫਾਇਦਾ ਹੋਈ ਜਾ ਰਿਹਾ ਹੈਗਾ, ਸਿੰਗਰਾਂ ਦਾ ਫਾਇਦਾ ਹੋਈ ਜਾ ਰਿਹਾ, ਪਰ ਪ੍ਰੋਡਿਊਸਰ ਮਰ ਰਿਹਾ। ਪ੍ਰੋਡਿਊਸਰ ਦਾ ਫਾਇਦਾ ਹੋਣਾ ਬਹੁਤ ਜ਼ਰੂਰੀ ਆ। ਫਿਲਮਾਂ ਬਿਲਕੁਲ ਬਣਨੀਆਂ ਚਾਹੀਦੀਆਂ ਨੇ, ਜਿਵੇਂ ਆਪਾਂ ਕਹਿ ਦਈਏ ਕਿ ਵਧੀਆ ਫਿਲਮਾਂ ਨੂੰ ਹੀ ਆਡੀਅੰਸ ਪਸੰਦ ਕਰਦੀ ਹੈ, ਜਿੰਨੀਆਂ ਵਧੀਆ ਫਿਲਮਾਂ ਆਉਂਦੀਆਂ ਚਾਹੇ ਉਹ ਪੰਜਾਬੀ ਹੋਣ ਚਾਹੇ ਹਿੰਦੀ ਹੋਣ, ਉਹ ਹਿੱਟ ਹੁੰਦੀਆਂ ਨੇ, ਹੈ ਨਾ। ਅਤੇ ਬਹੁਤ ਸਾਰੀਆਂ ਫਿਲਮਾਂ ਫਲੋਪ ਹੁੰਦੀਆਂ ਨੇ, ਕਿਉਂਕਿ ਕੁਝ ਚੀਜ਼ਾਂ ਜਲਦੀ ਜਲਦੀ ਰਿਲੀਜ਼ ਕਰਨ 'ਚ ਚੱਕਰ 'ਚ ਨਾ ਉਹ ਕੰਟੈਂਟ ਮਰ ਜਾਂਦਾ। ਵਧੀਆ ਚੀਜ਼ ਬਣਨ ਲਈ ਥੋੜ੍ਹਾ ਟਾਈਮ ਜ਼ਰੂਰ ਲੱਗਦਾ। ਹੁਣ ਪਿਛਲੀਆਂ ਫਿਲਮਾਂ ਆਪਣੀ ਅਰਦਾਸ ਕਰਾਂ ਦੇਖ ਲਓ, ਜਾਂ ਤੁਸੀਂ ਚੱਲ ਮੇਰਾ ਪੁੱਤ ਦੇਖ ਲਓ, ਜਾਂ ਸਿਕੰਦਰ 2 ਵਧੀਆ ਕੰਮ ਕਰ ਗਈ, ਵਧੀਆ ਕੰਟੈਂਟ ਸੀ, ਵਧੀਆ ਚੱਲ ਗਿਆ, ਹੈ ਨਾ, ਅਤੇ ਪ੍ਰੋਡਿਊਸਰ ਵੀ ਉਹਨਾਂ ਨਾਲ ਖੁਸ਼ ਨੇ। ਬਟ ਜੇ ਤੁਸੀਂ ਕਾਹਲੀ ਕਾਹਲੀ 'ਚ ਕੁਛ ਵੀ ਬਾਹਾਂ ਉਹਨੂੰ ਵੀ ਲੈ ਕੇ ਬਣਾ ਤਾ, ਉਹਨੂੰ ਤੁਹਾਨੂੰ ਪਤਾ ਨਹੀਂ, ਤੁਹਾਨੂੰ ਆਪਣੀ ਸਟੋਰੀ ਦੇ ਕਿਰਦਾਰਾਂ ਦਾ ਨਹੀਂ ਪਤਾ, ਹੈ ਨਾ, ਵੀ ਇਸ ਕਿਰਦਾਰ 'ਚ ਕਿਹੜਾ ਬੰਦਾ ਫਿੱਟ ਹੋਊਗਾ, ਤੁਸੀਂ ਬਸ ਲੈ ਕੇ ਫਿਲਮ ਬਣਾ ਤੀ ਵੀ ਚੱਲ ਕੋਈ ਚੱਕਰ ਨਹੀਂ ਫਿਲਮ ਬਣਾਉਣੀ ਆ ਆਪਾਂ। ਫਿਲਮ ਬਣਾਉਣੀ ਅਲੱਗ ਗੱਲ ਆ, ਫਿਲਮ ਨੂੰ ਚੰਗੀ ਬਣਾਉਣਾ ਉਹ ਅਲੱਗ ਗੱਲ ਆ, ਉਹਦੇ ਲਈ ਟਾਈਮ ਲੱਗਦਾ। ਲਾਈਫ 'ਚ ਤੁਸੀਂ ਬਹੁਤ ਪਲੇ ਵੀ ਕਰ ਲਏ, ਮੂਵੀਜ਼ ਵੀ ਕਰ ਲਈਆਂ, ਇੱਕ ਕਰੈਕਟਰ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਵੀ ਆਹ ਕਰੈਕਟਰ, ਬੰਦਾ ਇੱਕ ਨਾ ਕਰੈਕਟਰ, ਇੱਕ ਤਾਂ ਕਰੈਕਟਰ ਪਲੇ ਕਰਦਾ, ਇੱਕ ਕਰੈਕਟਰ ਨੂੰ ਬੰਦਾ ਜਿਉਂਦਾ, ਉਹ ਕਰੈਕਟਰ ਕੋਈ ਜੇ ਤੁਹਾਨੂੰ ਯਾਦ ਹੋਵੇ ਕੋਈ? ਮੈਂ ਗੁਰਸ਼ਰਨ ਭਾਜੀ ਜੀ ਦੇ ਨਾਲ ਮੈਂ ਬਹੁਤ ਪਲੇ ਕੀਤੇ ਆ, ਉਹਨਾਂ 'ਚ ਇੱਕ ਬੇਗਮੋ ਦੀ ਧੀ ਪਲੇ ਕਰਦੇ ਹੁੰਦੇ ਸੀਗੇ, ਉਹਦੇ ਵਿੱਚ ਇੱਕ ਪਾਲਾ ਸਿੰਘ ਦਾ ਕਰੈਕਟਰ ਹੁੰਦਾ ਸੀ, ਬੜਾ ਮੈਂ ਤਾਂ ਬੜਾ ਉਹਨੂੰ ਖੇਡਦਾ ਹੁੰਦਾ ਸੀ। ਗੁਰਸ਼ਰਨ ਭਾਜੀ ਉਹ ਜਿਸ ਦਿਨ ਮੈਂ ਨਹੀਂ ਸੀ ਜਾਂਦਾ ਹੁੰਦਾ ਭਾਜੀ, ਉਹ ਮੇਰੇ ਤੋਂ ਬਿਨਾਂ ਕਿਸੇ ਨੂੰ ਕਰਾਉਂਦੇ ਨਹੀਂ ਸੀ ਹੁੰਦੇ, ਕਿਵੇਂ ਉਹ ਕਿਵੇਂ ਆ ਚੌਕੀਦਾਰਾ, ਕਿਹਦੇ ਨਾਲ ਗੱਲਾਂ ਕਰੀ ਜਾਂਦਾ, ਓਏ ਕਿਤੇ ਸਾਡੀ ਚਾਚੀ ਜਲ ਕੌਰ ਦੀ ਯਾਦ ਤਾਂ ਨਹੀਂ ਆ ਗਈ? ਉਹਦੇ ਬੜੇ ਭਾਜੀ ਬੜੇ ਸਟਰੋਂਗ ਡਾਇਲੋਗ ਸੀਗੇ, ਬੜਾ ਹੀ ਉਹਦਾ ਜਦੋਂ ਸਿਖਰ 'ਤੇ ਜਾ ਕੇ ਉਹਨੂੰ ਫਿਰ ਉਹ ਦਾਤੀ ਲੈ ਕੇ ਮਾਰਦੀ, ਮਾਰਨਾ ਹੁਣ ਸਟੇਜ ਦੀ ਤਾਂ ਮਰਦਾ ਨਹੀਂ, ਅਤੇ ਮੈਂ ਕੁੜੀ ਦੇ ਅੱਗੇ ਅੱਗੇ ਭੱਜ ਕੇ ਪਿੱਛੇ ਜਾ ਕੇ ਕੈਬਨ 'ਚ ਜਾ ਕੇ ਮਾਈਕ ਦੇ ਵਿੱਚ, ਬੱਚੇ ਸਾਰੇ ਭੱਜ ਕੇ ਪਿੱਛੇ ਆ ਜਾਂਦੇ ਵੀ ਅੰਦਰ ਮਾਰਤਾ, ਅਤੇ ਉਹ ਮੈਂ ਬਹੁਤ ਖੇਡਦਾ, ਬੜਾ ਮੈਨੂੰ ਉਹ ਪਾਲਾ ਸਿੰਘ ਦਾ ਕਿਰਦਾਰ ਸੀਗਾ, ਵਿਲਨ ਸੀਗਾ ਉਹਦੇ ਪਲੇਅ ਦੇ ਵਿੱਚ, ਮੈਂ ਬੜਾ ਮਜ਼ੇ ਨਾਲ ਖੇਡਦਾ ਹੁੰਦਾ ਸੀ ਉਹਨੂੰ। ਤੁਹਾਡੀ ਕੋਈ ਇਹੋ ਜਿਹੀ ਯਾਦ ਭਾਜੀ? ਕੋਈ ਪਲੇਅ ਤਾਂ ਬੜੇ ਕੀਤੇ ਨੇ, ਪਰ ਮੈਨੂੰ ਯਾਦ ਆ ਇੱਕ ਰਿਸ਼ੀ ਮੈਮ ਨੇ ਪਲੇਅ ਲੈ ਗਿਆ ਸੀ ਮਾਂ ਮੈਨੂੰ ਮਾਰੀ ਨਾ, ਉਹਦੇ ਵਿੱਚ ਜਿਹੜਾ ਮੇਨ ਕਰੈਕਟਰ ਸੀਗਾ ਉਹ ਮੈਂ ਕਰਦਾ ਹੁੰਦਾ ਸੀ, ਉਹ ਬੜਾ ਬਹੁਤ ਪਿਆਰਾ ਕਰੈਕਟਰ ਸੀਗਾ, ਹੈ ਨਾ, ਕਿ ਕਿੱਦਾਂ ਆਪਣੀ ਮਾਂ ਅਤੇ ਆਪਣੀ ਵਾਈਫ 'ਚੋਂ ਬੈਲੈਂਸ ਰੱਖਦਾ ਆ, ਕਿੱਦਾਂ ਉਹਦੀ ਵੀ ਗੱਲ ਮੰਨਦਾ ਆ, ਉਹਦੀ ਵੀ ਗੱਲ ਮੰਨਦਾ ਆ, ਲਾਸਟ ਵਿੱਚ ਕੁਝ ਕਿ ਇੰਨਾ ਕੁ ਇਮੋਸ਼ਨਲ ਹੋ ਜਾਂਦਾ ਉਹ, ਕਿ ਕਈ ਵਾਰ ਜਿੰਨੀ ਵਾਰ ਸ਼ੋਅ ਕੀਤਾ ਤਾਂ ਆਡੀਅੰਸ ਵੀ ਰੋ ਪੈਂਦੀ ਸੀ, ਹੈ ਨਾ। ਅਤੇ ਇੱਦਾਂ ਹੀ ਇੱਕ ਪਲੇਅ ਸੀਗਾ ਆਪਣੇ ਜਗਦੇਵ ਢਿੱਲੋਂ ਦਾ ਜ਼ਿੰਦਗੀ, ਉਹ 'ਚ ਮੈਂ ਬਾਬੇ ਦਾ ਰੋਲ ਕੀਤਾ ਸੀਗਾ, ਉਹ ਬੜਾ ਸੋਹਣਾ ਪਲੇਅ ਸੀਗਾ। ਕੁਝ ਇਹਦੀਆਂ ਯਾਦਾਂ ਹੈਗੀਆਂ ਨੇ, ਬੜੇ ਸੋਹਣੇ ਪਲੇਅ ਨੇ, ਇੱਕ ਮੈਡਮ ਦਾ ਪਲੇਅ ਸੀ, ਉਹ 'ਚ ਮੈਂ ਕਰੈਕਟਰ ਕਰਦਾ ਸੀ MLA ਦਾ, MLA ਨਹੀਂ ਸੀ ਬਟ ਉਹ ਮੋਹਨ ਲਾਲ ਅਗਰਵਾਲ ਸੀ ਉਹਦਾ ਨਾਮ। ਅਤੇ ਉਹ ਬੜਾ ਬੜਾ ਸ਼ਾਰਪ ਕਰੈਕਟਰ ਸੀਗਾ ਉਹ, ਵੀ ਉਹ ਬੰਦਿਆਂ ਨੂੰ ਭਰਮਾਉਂਦਾ ਸੀ ਆਪਦੇ ਵੱਲ, ਹੈ ਨਾ। ਉਹਦਾ ਇੱਕ ਡਾਇਲੋਗ ਸੀ ਕਹਿੰਦਾ, ਗੱਲਾਂ ਦੇ ਪੈਟਰੋਲ ਨਾਲ ਜਹਾਜ਼ ਨਹੀਂ ਚੱਲਦੇ ਹੁੰਦੇ ਬਾਈ ਜੀ, ਕੰਮ ਤਾਂ ਕਰਨਾ ਹੀ ਪੈਂਦਾ। ਮੈਨੂੰ ਉਹ ਬੜੇ ਕਰੈਕਟਰ ਅਲੱਗ ਅਲੱਗ, ਮੈਂ ਹਮੇਸ਼ਾ ਹੀ ਇੱਕ ਨਾਟਕ ਸੀਗਾ ਮਿਰਚ ਮਸਾਲਾ, ਓਕੇ, ਉਹਦੇ ਵਿੱਚ ਮੈਂ ਟੀਪੀ ਦਾ ਕਿਰਦਾਰ ਕਰਦਾ ਹੁੰਦਾ ਸੀਗਾ, ਉਹ ਜਦੋਂ ਸਕ੍ਰਿਪਟ ਆਈ ਸੀ ਉਹਦੇ ਵਿੱਚ ਇੰਨਾ ਹੈ ਨਹੀਂ ਸੀ, ਲੇਕਿਨ ਮੈਂ ਬਹੁਤ ਜ਼ਿਆਦਾ ਉਹਨੂੰ ਉਹ ਕਰ ਲਿਆ ਸੀਗਾ, ਐਡ ਕਰ ਲਿਆ ਸੀ ਉਹਨੂੰ, ਹੈ ਨਾ, ਅਤੇ ਇੰਪਰੋਵਾਈਜੇਸ਼ਨ ਬਹੁਤ ਹੋ ਗਈ ਸੀ ਮੇਰੇ ਕਿਰਦਾਰ 'ਚ, ਉਹ ਬੜਾ ਲੋਕ ਪਸੰਦ ਕਰਦੇ ਸੀ। ਸੋ ਪਲੇ ਜਿੰਨੇ ਵੀ ਕੀਤੇ ਨੇ ਸਭ ਨੇ ਪਸੰਦ ਕੀਤੇ ਨੇ, ਬਾਕੀ ਹੁਣ ਫਿਲਮਾਂ ਵੱਲ ਆ ਗਏ ਹਾਂ, ਸੋ ਹਾਲੇ ਤੱਕ ਤਾਂ ਕੋਈ ਅਜਿਹਾ ਕਿਰਦਾਰ ਕੀਤਾ ਨਹੀਂ, ਕੀਤੇ ਹੋਏ ਨੇ ਪਰ ਮੈਂ ਚਾਹੁੰਦਾ ਵੀ ਜਦੋਂ ਸਾਹਮਣੇ ਆਉਣਗੇ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਬਾਰੇ ਗੱਲ ਕਰੀਏ ਨਾ। ਜਿਹੜੇ ਥੀਏਟਰ ਆਰਟਿਸਟ ਹੋਣਗੇ ਨਾ ਉਹ ਬਹੁਤ ਚੂਜ਼ੀ ਹੋਣਗੇ, ਮਤਲਬ ਕਹਾਣੀ ਨੂੰ ਲੈ ਕੇ, ਆਪਣੇ ਕਰੈਕਟਰ ਨੂੰ ਲੈ ਕੇ। ਜਦੋਂ ਤੁਹਾਡੇ ਕੋਲ ਮੂਵੀ ਦੀ ਕਹਾਣੀ ਆਉਂਦੀ ਆ, ਤੁਸੀਂ ਸਭ ਤੋਂ ਪਹਿਲਾਂ ਕਿੱਦਾਂ, ਮਤਲਬ ਫਾਈਨ ਕੀ ਦੇਖਦੇ ਹੋ? ਤੁਹਾਡੇ ਕੋਲ ਬਹੁਤ ਕਹਾਣੀਆਂ ਆਉਂਦੀਆਂ ਹੋਣਗੀਆਂ, ਹੁਣ ਬੰਦਾ ਹਰ ਇੱਕ ਨੂੰ ਤਾਂ ਹਾਂ ਨਹੀਂ ਕਰਦਾ, ਵੀ ਕਿਹੜੀ ਚੀਜ਼ ਜਿਹੜੀ ਤੁਹਾਨੂੰ ਸਟ੍ਰਾਈਕ ਕਰਦੀ ਆ ਵੀ ਆਪਾਂ ਇਸ ਚੀਜ਼ ਦੇ ਵਿੱਚ ਹੋਵੇ ਤਾਂ ਆਪਾਂ ਕਰਨੀ ਆ? ਦੇਖੋ,
ਥੀਏਟਰ ਆਰਟਿਸਟ ਜਿਹੜੇ ਹੈਗੇ ਆ ਨਾ, ਥੀਏਟਰ ਦੇ ਵਿੱਚ ਇੰਨੇ ਹੰਡ ਜਾਂਦੇ ਆ, ਉਹਨਾਂ ਨੂੰ ਕੋਈ ਵੀ ਤੁਸੀਂ ਕਰੈਕਟਰ ਫੜਾ ਦਿਓ, ਉਹਨੇ ਆਪਣੇ ਮੁਤਾਬਕ ਉਹਨੂੰ ਖੇਡ ਜਾਣਾ। ਉਹ ਡਰਦਾ ਨਹੀਂ, ਉਹ ਇਹ ਨਹੀਂ ਕਹਿੰਦਾ ਯਾਰ ਵੀ ਇਹ ਕਰੈਕਟਰ ਮੇਰੇ ਨਾਪ ਦਾ ਨਹੀਂ ਹੈਗਾ। ਐਕਟਰ ਉਹਦੇ ਨਾਪ ਦਾ ਬਣਦਾ, ਕਰੈਕਟਰ ਦੇ ਨਾਪ ਦਾ ਬਣਦਾ, ਆਪਦੇ ਆਪ ਨੂੰ ਖਤਮ ਕਰਕੇ ਉਹਨੂੰ ਜਿਉਂਦਾ। ਇਹ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਕੋਲ ਫਿਲਮ ਦੇ ਵਿੱਚ ਇੱਕ ਸੀਨ ਹੈ ਜਾਂ ਤੁਹਾਡੇ ਕੋਲ 10 ਸੀਨ ਨੇ, ਇੱਕ ਸੀਨ 'ਚ ਵੀ ਤੁਸੀਂ ਆਪਣਾ ਕਲਾ ਦਿਖਾ ਸਕਦੇ ਹੋ, ਤੁਸੀਂ 10 ਸੀਨਾਂ 'ਚ ਵੀ ਕਲਾ ਦਿਖਾ ਸਕਦੇ ਹੋ। ਤੋ ਮੈਨੂੰ ਨਹੀਂ ਲੱਗਦਾ ਵੀ ਚੂਜ਼ੀ ਹੋਣਾ ਚਾਹੀਦਾ ਹੈਗਾ। ਮੈਨੂੰ ਤਾਂ ਇਹ ਵੀ ਚਲੋ ਆਹ ਡਿਫਰੈਂਟ ਰੋਲ ਮਿਲ ਗਿਆ, ਸਾਧ ਦਾ ਮਿਲ ਗਿਆ ਕਰ ਲਓ, ਥਾਣੇਦਾਰ ਦਾ ਮਿਲ ਗਿਆ ਕਰ ਲਓ, ਬਾਬੇ ਦਾ ਮਿਲ ਗਿਆ ਕਰ ਲਓ, ਨੌਕਰ ਦਾ ਮਿਲ ਗਿਆ ਕਰ ਲਓ। ਹੈਂ, ਮੈਂ ਹੁਣ ਲਾਵਾਂ ਫੇਰੇ 'ਚ ਮੈਂ ਪੰਡਿਤ ਦਾ ਰੋਲ ਕੀਤਾ, ਆਹ ਹੁਣ ਨਿੱਕਾ ਜੈਲਦਾਰ ਏਰੀਆ 'ਚ ਮੈਂ ਬਾਬੇ ਦਾ ਰੋਲ ਕੀਤਾ। ਇੱਕੋ ਇੱਕ ਇੱਕ ਸੀਨ ਸੀਗੇ, ਅਤੇ ਇਹ ਮੁੰਡਾ ਚਾਹੀਦਾ ਉਹਦੇ ਵਿੱਚ, ਉਹ 'ਚ ਵੀ ਮੈਂ ਬਾਬੇ ਦਾ ਕਰੈਕਟਰ, ਉਹ ਵੀ ਇੱਕੋ ਹੀ ਸੀਨ ਸੀ। ਤੋ ਐ ਮੈਂ ਤਾਂ ਕਦੇ ਚੂਜ਼ ਹੀ ਨਹੀਂ ਹੋਇਆ। ਚਲੋ ਜੀ, ਅਪਕਮਿੰਗ ਪ੍ਰੋਜੈਕਟਸ ਤੁਹਾਡੇ ਹੋਰ ਕਿਹੜੇ ਕਿਹੜੇ ਆ ਰਹੇ ਆ ਜੀ? ਬੜੇ ਆ ਮੇਰੇ, ਇਹਦੇ ਕੋਲ ਲਿਸਟ ਪਈ ਆ ਜੀ ਇਹਦੇ ਫੋਨ ਤੇ, ਮੈਂ ਦੇਖ ਕੇ ਦੱਸ ਸਕਦਾ। ਪਹਿਲੀ ਗੱਲ ਤਾਂ ਇਹ ਹੈ ਵੀ 6 ਤਰੀਕ ਨੂੰ ਸਾਡੀ ਜਿਹੜੀ ਸਾਕ ਫਿਲਮ ਆ ਰਹੀ ਹੈਗੀ, ਆਪਾਂ ਹਨਾ ਗੱਲ ਤਾਂ ਉਸੇ ਦੀ ਕਰਨ ਆਏ ਹਾਂ, ਅਤੇ ਹੁਣ ਤੁਸੀਂ ਲਿਸਟ ਦੂਜੀ ਖਿਲਾ ਰਹੇ ਹੋ। ਚਮਕੀਲਾ ਬਾਈ ਬਣੀ ਪਈ ਹੈਗੀ, ਚਮਕੀਲੇ ਬਾਈ ਨੇ ਹਲੇ ਟਾਈਮ ਲੱਗਣਾ ਉਹਨੂੰ ਆਉਣ ਨੂੰ, ਹੋ ਸਕਦਾ ਇਸ 27 ਨੂੰ ਆ ਜਾਵੇ। ਰੂਮ ਨੰਬਰ 11 ਇਹ ਵੈਬ ਸੀਰੀਜ਼ ਹੈ। ਅਲਟ ਮੁਟਿਆਰਾਂ, ਬੂ ਮੈਂ ਡਰ ਗਈ, ਅਮਾਨਤ, ਛੱਲੇ ਮੁੰਦੀਆਂ, ਟੈਲੀਵਿਜ਼ਨ, ਲੱਡੂ ਬਰਫੀ, ਚੁਬਾਰੇ ਵਾਲੀ ਬਾਰੀ, ਮੁਕਲਾਵਾ ਆ ਚੁੱਕੀ ਹੈ, ਮੁੰਡਾ ਹੀ ਚਾਹੀਦਾ ਆ ਚੁੱਕੀ ਹੈ, ਅਤੇ ਨਿੱਕਾ ਜਲਦਾਰ 3 ਖਤਰੇ ਦਾ ਘੁੱਗੂ, ਉਹ ਨਹੀਂ ਦੱਸਣਾ। ਅਤੇ ਸਾਕ ਫਿਲਮ ਦੀ ਗੱਲ ਕਰਦੇ ਹਾਂ, ਸਾਕ ਆਪਣੀ 6 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਦੇਖਣ ਜਾਣਾ, ਤੁਸੀਂ ਵੀ ਦੇਖਣ ਜਾਣਾ ਭਾਅ ਜੀ, ਉਹ ਕੈਮਰੇ ਦੇ ਪਿੱਛੋਂ ਜਿਹੜੇ, ਤੁਸੀਂ ਵੀ ਦੇਖਣ ਜਾਣਾ ਭਰਾਵੋ, ਅਤੇ ਸਾਕ ਮੂਵੀ ਜ਼ਰੂਰ ਦੇਖਣੀ ਹੈ। ਬਹੁਤ ਮਿਹਨਤ ਨਾਲ ਕੰਮ ਕੀਤਾ ਹੋਇਆ, ਬੜਾ ਮਤਲਬ ਮਜ਼ਾ ਆਇਆ ਸੀ ਫਿਲਮ ਕਰਕੇ। ਹਾਂ, ਸਾਡੇ ਸੋਨਪ੍ਰੀਤ ਜਵੰਦੇ ਨੇ ਹੀਰੋ ਦੇ, ਹੀਰੋ ਦਾ ਵੀ ਵੱਡਾ ਬ੍ਰਦਰ ਹੈ, ਮਤਲਬ ਹੀਰੋ ਇਸ ਤੋਂ ਛੋਟਾ ਐਡਾ ਕਾ। ਇਹ ਉਹਨਾਂ ਦੀ ਤਾਂ ਤੁਸੀਂ ਲਾਈਫ ਦੇ ਵਿੱਚ ਪਵਾੜਾ ਪਾ ਦਿੱਤਾ, ਜਿੰਨਾ ਕਿ ਟ੍ਰੇਲਰ ਤੋਂ ਪਤਾ ਲੱਗਿਆ। ਇਹਨਾਂ ਦੀ ਤਾਂ ਨਹੀਂ ਪਾਇਆ, ਇਹਨਾਂ ਨੇ ਪਹਿਲੀ ਪਾਇਆ ਹੋਇਆ, ਉਹ ਤੁਹਾਨੂੰ ਫਿਲਮ 'ਚ ਪਤਾ ਲੱਗੂ। ਇਹ ਪੈਣ ਨਹੀਂ ਦਿੱਤਾ, ਮਤਲਬ ਤੁਸੀਂ ਇਹਨਾਂ ਵਿਚੋਲੇ ਦੇ ਉੱਪਰ ਲੱਤ ਰੱਖੀ ਹੋਆ, ਤਾਂ ਜੇ ਮਾਰੀ ਜਾਂਦਾ ਰਹਿਣਾ ਮੈਂ ਵਿਚੋਲੇ ਨੂੰ, ਅਤੇ ਬਟ ਉਹ ਸਸਪੈਂਸ ਹੀ ਰਹਿਣ ਦੀ, ਉਹ ਰਹਿਣ ਦੋ ਸਸਪੈਂਸ, ਕਿਉਂਕਿ ਜੇ ਪਹਿਲਾਂ ਦੱਸਦਾ ਫਿਰ ਉਹ ਫਿਲਮ ਦੇਖਣ ਦਾ ਮਜ਼ਾ ਨਹੀਂ ਮਜ਼ਾ ਨਹੀਂ ਕਿਰਕਰਾਇਆ, ਫਿਰ ਪਤਾ ਲੱਗਦਾ ਹੁਣ ਇਦੂ ਬਾਅਦ ਆਏ ਹੋ, ਇਦੂ ਬਾਅਦ ਹੁਣ ਆਏ ਹੋ, ਉੱਥੋਂ ਸੁਣਿਆ ਸੀ ਆਪਾਂ ਨੇ ਇੰਟਰਵਿਊ 'ਚ, ਹੁਣ ਆਏ ਹੋ, ਮਤਲਬ ਇੰਟਰਵਿਊਜ਼ ਦੇ ਵਿੱਚ ਮੂਵੀ ਪੂਰੀ ਹੋ ਜਾਂਦੀ ਹੈ। ਪਹਿਲਾਂ ਪੰਜਾਬੀ ਡਿਸ਼ ਦੀ ਇੰਟਰਵਿਊ ਦੇਖ ਲਓ, ਫਿਰ ਹੋਰ ਚੈਨਲ ਦੇਖ ਲਓ, ਆਵੇਂ ਮੂਵੀ ਕੰਪਲੀਟ ਹੋ। ਬੜੀ ਮਿਹਨਤ ਨਾਲ ਮੂਵੀ ਬਣਦੀ ਆ, ਕੋਈ ਵੀ ਮੂਵੀ ਬਣਦੀ ਆ, ਹਰ ਮੂਵੀ ਨੂੰ ਤੁਸੀਂ ਸਿਨੇਮੇ 'ਚ ਜਾ ਕੇ ਦੇਖਣਾ ਤੁਹਾਡਾ ਫਰਜ਼ ਬਣਦਾ, ਤੁਹਾਡੇ ਵਾਸਤੇ ਬਣਾਉਂਦੇ ਹਾਂ ਜੀ, ਅਤੇ ਆਪ ਤਾਂ ਅਸੀਂ ਪਹਿਲੀ ਦੇਖ ਦੁੱਖ ਲਈਦੀ ਹੈ ਹੈ ਨਾ, ਜਦੋਂ ਬਣਦੀ ਉਦੋਂ ਪਤਾ ਲੱਗ ਜਾਂਦਾ, ਜਦੋਂ ਡਬਿੰਗ 'ਤੇ ਜਾਈਦਾ ਉਦੋਂ ਪਤਾ ਲੱਗ ਜਾਂਦਾ, ਪਰ ਅਸਲੀ ਮੁੱਦਾ ਤੁਹਾਡੇ ਵਾਸਤੇ ਹੁੰਦਾ, ਤੁਹਾਡੇ ਵਾਸਤੇ ਫਿਲਮ ਬਣਾਈ ਦੀ ਆ, ਕੰਟੈਂਟ ਚੁਣ ਕੇ ਲਿਆਈਦਾ, ਕਲਾਕਾਰਾਂ ਨੂੰ ਚੁਣ ਕੇ ਲਿਆਈਦਾ, ਤੁਸੀਂ ਸਿਨੇਮਾ 'ਚ ਜਾ ਕੇ ਹੁੰਗਾਰਾ ਦੇਣਾ ਹੁੰਦਾ, ਨੰਬਰ ਦੇਣੇ ਹੁੰਦੇ ਫਿਲਮ ਨੂੰ 10, 9, 8 ਜੋ ਵੀ ਬਣਦੇ ਆ, ਤੋ ਸਾਡੀ ਮੂਵੀ ਨੂੰ 10 ਤੋਂ 10 ਮੈਨੂੰ ਲੱਗਦਾ ਤੁਸੀਂ ਦਿਓਗੇ, ਬਹੁਤ ਵਧੀਆ ਗੱਲ। ਸੋ 6 ਸਤੰਬਰ ਨੂੰ ਫਿਲਮ ਆ ਰਹੀ ਜੀ ਸਾਗ, ਜਿਹਦੇ ਵਿੱਚ ਜੋਬਨਪ੍ਰੀਤ, ਮੈਂਦੀ ਤੱਕਰ, ਮਹਾਵੀਰ ਭੁੱਲਰ, ਮੁਕਲਦੇਵ, ਮੈਂ, ਸੋਨਪ੍ਰੀਤ ਜਵੰਦਾ, ਬਾਈ ਦਿਲਾਵਰ ਸਿੱਧੂ ਅਤੇ ਹੋਰ ਬਹੁਤ ਸਾਰੇ ਥੀਏਟਰ ਦੇ ਕਲਾਕਾਰਾਂ ਨੇ ਇਹਦੇ ਵਿੱਚ ਕੰਮ ਕੀਤਾ। ਜਤਿੰਦਰ ਜੀ ਮਿਨਹਾਸ, ਰੁਪਿੰਦਰ ਮਿਨਹਾਸ, ਇਹਨਾਂ ਦੋਨਾਂ ਭਰਾਵਾਂ ਨੇ ਇਹ ਫਿਲਮ ਨੂੰ ਪ੍ਰੋਡਿਊਸ ਕੀਤਾ, ਵਾਈਟ ਹਿਲ ਵੱਲੋਂ ਇਹ ਫਿਲਮ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ, ਅਤੇ ਇਹਦੇ ਵਿੱਚ ਬੋਲੀਵੁੱਡ ਦੇ ਬਹੁਤ ਵਧੀਆ ਸਿੰਗਰ ਕੈਲਾਸ਼ ਖੇਰ ਜੀ, ਉਹਨਾਂ ਨੇ ਗਾਣਾ ਗਾਇਆ, ਮੰਨਤ ਨੂਰ, ਆਪਣੇ ਬੀਤ ਬਲਜੀਤ ਬਾਈ, ਸੋ ਮਿਊਜ਼ਿਕ ਬੜਾ ਪਿਆਰਾ, ਗਾਣੇ ਥੋੜ੍ਹੇ ਦਿਨਾਂ ਤੱਕ ਤੁਹਾਡੇ ਕੋਲ ਆ ਜਾਣਗੇ। ਸੋ 6 ਸਤੰਬਰ ਨੂੰ ਫਿਲਮ ਦੇਖ ਕੇ ਆਉਣੀ ਤੁਸੀਂ ਜ਼ਰੂਰ ਸਾਕ। ਓਕੇ ਜੀ, ਸਾਡੇ ਦੋਨਾਂ ਵੱਲੋਂ ਪੰਜਾਬੀ ਟੇਸ਼ਨ ਦੇ ਸਾਰੇ ਦਰਸ਼ਕਾਂ ਨੂੰ ਤੁਸੀਂ ਮੇਰੀ ਮੇਰੀ ਸਤਿ ਸ਼੍ਰੀ ਅਕਾਲ ਬੁਲਾਤੀ, ਬਸ ਬਾਈ ਨੇ ਬੁਲਾਤੀ ਸੋ ਮੈਂ ਬੁਲਾਤੀ, ਮੇਰੇ ਵੱਲੋਂ ਯਾਨੀ ਕਿ ਸੋਨਪ੍ਰੀਤ ਜਵੰਦਾ ਵੱਲੋਂ ਅਤੇ ਬਾਈ ਦਿਲਾਵਰ ਸਿੱਧੂ ਵੱਲੋਂ ਪੰਜਾਬੀ ਟੇਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਲਈ ਸਤਿ ਸ਼੍ਰੀ ਅਕਾਲ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।